ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਦੇ ਨਿਊ ਦਿਓਲ ਨਗਰ ਦੇ ਨਿਵਾਸੀ ਜਸਪ੍ਰੀਤ ਸਿੰਘ ਜੱਸਾ ਦੇ ਕਤਲ ਦੇ ਆਰੋਪੀ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਉਹਨਾਂ ਨੇ ਪੁੱਛਗਿੱਛ ਦੌਰਾਨ ਪੁਲਿਸ ਅੱਗੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਬਿਹਾਰ ਤੋਂ 3 ਹਥਿਆਰ, 32 ਬੋਰ ਦੇਸੀ ਪਿਸਤੌਲ ਅਤੇ 1 ਦੇਸੀ ਕੱਟਾ ਖਰੀਦ ਕੇ ਲਿਆਂਦਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 1 32 ਬੋਰ ਦਾ ਪਿਸਤੌਲ ਅਤੇ ਦੇਸੀ ਕੱਟਾ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਲੂ ਅਤੇ ਕਾਕੂ ਨਾਂ ਦੇ ਦੋ ਭਰਾਵਾਂ ਨੂੰ ਜੱਸਾ ਦੇ ਕਤਲ ਕਰਨ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਸੀ ਅਤੇ ਉਸ ਸਮੇਂ ਪੁਲਿਸ ਨੇ ਆਰੋਪੀਆਂ ਤੋਂ ਕਤਲ 'ਚ ਇਸਤੇਮਾਲ ਕੀਤਾ ਗਿਆ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ। ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਵੱਲੋਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਸਾਂਝੀ ਕੀਤੀ ਗਈ। 9 ਮਾਰਚ ਨੂੰ ਸ਼ਾਮੀ ਕਰੀਬ 11:30 ਵਜੇ ਦੇ ਲਾਗੇ ਇੱਕ ਇੰਸੀਡੈਂਟ ਹੋਇਆ ਸੀ। ਬਾਬਾ ਸੰਗਤ ਸਿੰਘ ਨਗਰ ਜਿਹੜਾ, ਉਹਦੇ ਵਿੱਚ ਜਸਪ੍ਰੀਤ ਸਿੰਘ ਜੱਸਾ ਸੀਗਾ, ਉਹਦਾ ਮਰਡਰ ਕਰ ਦਿੱਤਾ ਸੀਗਾ, ਜਿਹਦੇ ਵਿੱਚ ਦੋਸ਼ੀ ਅਜੇ ਕਾਲੂ ਅਤੇ ਵਿਜੇ ਕਾਕੂ ਸੀਗੇ, ਇਹ ਦੋਨੇ ਭਰਾ ਸੀਗੇ। ਇਹਨਾਂ ਨੇ ਇਹਦਾ ਫਾਇਰ ਆਰਮ ਯੂਜ਼ ਕਰਕੇ ਅਤੇ ਇਹਨੂੰ ਜੱਸੇ ਨੂੰ ਜਿਹੜਾ ਮਰਡਰ ਕਰ ਦਿੱਤਾ ਸੀ। ਉਸ ਸੰਬੰਧ ਵਿੱਚ ਆਪਾਂ ਜਿਹੜਾ ਡਿਊਰਿੰਗ ਇਨਵੈਸਟੀਗੇਸ਼ਨ, ਇਹ ਦੋਨਾਂ ਨੂੰ ਅਰੈਸਟ ਕਰ ਲਿਆ ਸੀਗਾ ਕਰਕੇ, ਅਤੇ ਇਹਦੇ 'ਚੋਂ ਜਿਹੜਾ ਵੈਪਨ ਓਫੈਂਸ ਜਿਹੜਾ ਉਹ ਬਰਾਮਦ ਕਰ ਲਿਆ ਸੀਗਾ। ਉਸ ਤੋਂ ਬਾਅਦ ਮੈਡਮ ਸਿਟੀ ਵਨ, ਇਹਨਾਂ ਨੇ ਬੜੀ ਸਟੇਂਡ ਜਿਹੜੀ ਸਸਟੇਨਡ ਇਨਵੈਸਟੀਗੇਸ਼ਨ ਕੀਤੀ, ਉਹਦੇ ਦੌਰਾਨ ਜਿਹੜਾ ਸਾਨੂੰ ਇਹਨਾਂ ਨੇ ਐਡਮਿਟ ਕੀਤਾ ਵੀ ਸਾਡੇ ਕੋਲ 2 ਵੈਪਨ ਜਿਹੜੇ ਘਰ ਹੋਰ ਪਏ ਨੇ, ਜਿਹੜੇ ਦੇਸੀ ਨੇ, ਜਿਹੜੇ ਇਹਨਾਂ ਕੇ ਬਿਹਾਰ ਤੋਂ ਇਹਨਾਂ ਨੂੰ ਮਿਲੇ ਸੀਗੇ, ਉਹ ਵੈਪਨ ਵੀ ਅਸੀਂ ਇਹਨਾਂ ਤੋਂ ਜਿਹੜੇ ਰਿਕਵਰ ਕਰਕੇ ਅਤੇ ਇਹਨਾਂ 'ਤੇ ਜਿਹੜੀ FIR ਜਿਹੜੀ ਉਹ ਲੌਜ ਕਰ ਲਈ ਆ। ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਇਹ ਵੈਪਨ ਆਏ ਕਿੱਥੋਂ ਆ, ਜਿੱਥੋਂ ਆਏ ਆ ਉਹ ਬੰਦੇ ਬਾਰੇ ਸਾਨੂੰ ਵਾਈਟਲ ਕਲਿਊ ਮਿਲ ਗਿਆ। ਅਸੀਂ ਉਹਨੂੰ ਹੋਰ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਬਾਰੇ ਕਿ ਉਹ ਜਲੰਧਰ ਦੇ ਵਿੱਚ ਕਿੱਥੇ ਕਿੱਥੇ ਨੂੰ ਸਪਲਾਈ ਕੀਤੇ ਆ, ਉਹ ਸਾਰੀ ਅਸੀਂ ਸਪਲਾਈ ਲਾਈਨ ਉਹਦੀ ਪਲੱਸ ਜਿਹਨੂੰ ਉਹਨੇ ਹੈਂਡਓਵਰ ਕੀਤੇ ਉਹਦੇ ਤੱਕ ਅਸੀਂ ਇਹ ਕੇਸ ਦੀ ਇਨਵੈਸਟੀਗੇਸ਼ਨ ਨੂੰ ਪਹੁੰਚਾਵਾਂਗੇ। ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ 7 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਇਲੈਕਸ਼ਨ ਕਮਿਸ਼ਨ ਵੱਲੋਂ ਬਣਾਈ ਗਈ ਜ਼ਿਲ੍ਹਾ ਲੈਵਲ ਦੀ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ, ਜਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਿਹੜਾ ਇੱਕ ਸਿਟੀ 2 ਦੇ ਵਿੱਚ ਮਿਸਟਰ ਪਰਮਿੰਦਰ ਭੰਡਾਲ, ਇਹਨਾਂ ਨੇ ਜਿਹੜੀ ਨਾਕਾਬੰਦੀ ਦੌਰਾਨ ਕਰੀਬ 7 ਲੱਖ ਰੁਪਇਆ ਕੱਲ੍ਹ ਸੀਜ਼ ਕੀਤਾ। ਸੋ ਉਹਨੂੰ ਐਜ਼ ਪਰ ਦਾ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ, ਉਹਨੂੰ ਅਸੀਂ ਆਪਾਂ ਸੀਜ਼ਰ ਦਿੱਤਾ, ਉਹਨਾਂ ਨੂੰ ਸੀਜ਼ਰ ਦੇ ਕੇ ਅਤੇ ਉਹਨੂੰ ਅਸੀਂ ਕੌਨਫਿਸਕੇਟ ਕਰ ਲਿਆ। ਹੁਣ ਜਿਹੜੀ ਉਹਦੀ ਕਮੇਟੀ ਹੈ, ਕਮੇਟੀ ਇਹਨੂੰ ਰਿਵਿਊ ਕਰੇਗੀ ਵੀ ਇਹ ਕੀ ਵਗੈਰਾ ਜੈਨੂਅਨ ਹੈ ਜਾਂ ਵੈਸੇ ਪੈਸੇ ਕਿਤੇ ਖੜਦੇ ਸੀਗੇ। ਸਰ ਪਤਾ ਲੱਗਾ ਕਿੱਥੋਂ ਲੈ ਕੇ ਆਏ ਸੀ ਪੈਸੇ, ਕਿਹਨਾਂ ਦੇ ਸੀ? ਇਹ ਆਪਦਾ ਕੁਲਵੰਤ ਸਿੰਘ, ਉਹ ਕਹਿੰਦਾ ਮੇਰੇ ਬਿਜ਼ਨਸ ਦੇ ਪੈਸੇ ਸੀਗੇ, ਉਹ ਪ੍ਰੂਫ ਉਹਨੂੰ ਦੇਣਾ ਪਊਗਾ ਵੀ ਕਿੱਥੋਂ। ਕੀ ਬਿਜ਼ਨਸ ਕਰਦੇ ਸਰ? ਮੈਨੂੰ ਹੋਟਲ ਦਾ ਵਗੈਰਾ ਜਾਂ ਪ੍ਰੋਪਰਟੀ ਡੀਲਰ ਦਾ ਬਿਜ਼ਨਸ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।